ਅਫਸਰ ਸਿੰਘ ਦੀ ਜੋ ਕਮੇਟੀ ਦੀ ਰਿਪੋਰਟ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਉਹਦੀ ਜਾਂਚ ਪੜਤਾਲ ਕਰਵਾਈ ਗਈ ਹੈ ਉਹਦੇ ਵਿੱਚ ਜਿਹੜੇ ਵੀ ਬਹੁਤ ਸਾਰੇ ਸਾਡੇ 16 ਬੰਦੇ ਦੋਸ਼ੀ ਪਾਏ ਗਏ ਨੇ ਔਰ ਜਿਹੜੇ ਸਾਡੇ ਕਰਮਚਾਰੀ ਦੋਸ਼ੀ ਸੀ ਉਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੀਆਂ ਗਈਆਂ ਨੇ ਔਰ ਕੁਝ ਜਿਹੜੇ ਕਰਮਚਾਰੀ ਬਰਖਾਸਤ ਵੀ ਕੀਤਾ ਗਿਆ ਕੋਈ ਨੂੰ ਮੁਅੱਤਲ ਵੀ ਕੀਤਾ ਗਿਆ ਸੋ ਅਸੀਂ ਮੈਂ ਸਮਝਦਾ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਬੜੀ ਹਿਰਦੇ ਵੇਦੇ ਘਟਨਾ ਸੀ ਬਹੁਤ ਮਾੜੀ ਘਟਨਾ ਹੋਈ ਹੈ ਸਾਰੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੁਸੀਬਤ ਝੱਲਣੀ ਪਈ ਹੈ ਅਸੀਂ ਬੱਚੇ ਸੋ ਅਸੀਂ ਭਾਵੇਂ ਸਾਡੀ ਜਿਹੜੀ ਅੰਤਰ ਕਮੇਟੀ ਹੈ ਜਿੰਨੇ ਅਹੁਦੇਦਾਰ ਹੈ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੁਲਾਇਆ ਨਹੀਂ ਗਿਆ ਲੇਕਿਨ ਫਿਰ ਵੀ ਅਸੀਂ ਸਾਡੇ ਮਨ ਦੇ ਉੱਤੇ ਬੋਝ ਸੀ ਅਸੀਂ ਗੁਰੂ ਦੇ ਸਨਮੁਖ ਹੋਏ ਅਕਾਲ ਤਖਤ ਦੇ ਸਨਮੁਖ ਹੋਏ ਸਿੰਘ ਸਾਹਿਬ ਕੋਲ ਜਾ ਕੇ ਜਿਹੜੀ ਹੈ ਖਿਮਾ ਜਾਚਨਾ ਜਿਹੜੀ ਹੈ ਸਾਰੀ ਸੰਗਤ ਤੋਂ ਸਮੁੱਚੀ ਕੌਮ ਤੋਂ ਮੰਗੀ ਹੈ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਾਂ ਇਹ ਕਿ ਪਾਤਸ਼ਾਹਤਾਪ ਜਿਹੜਾ ਉਸ ਸਮੇਂ 16 ਵਿੱਚ ਨਹੀਂ ਹੋਇਆ ਅਤੇ ਉਹ ਸਾਨੂੰ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੁੱਚੀ ਅੰਤਰ ਕਮੇਟੀ ਵੱਲੋਂ ਉਹ ਪਾਤਸ਼ਾਹਤਾਪ ਕਰਾਇਆ ਜਾਵੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਸੀਂ ਅਖੰਡ ਪਾਠ ਕਰਵਾਇਆ ਅੱਜ ਭੋਗ ਪਏ ਨੇ ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਅਤੇ ਪਰਸੋਂ ਨੂੰ ਇੱਥੇ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ 3 ਦਿਨਾਂ ਦੀ ਸੇਵਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬਾਂ ਤੋਂ ਸਾਡੀ ਸਮੁੱਚੀ ਜਿਹੜੀ ਅੰਤਰ ਕਮੇਟੀਆਂ ਨੂੰ ਲੱਗੀ ਹੈ ਇਸ ਗੁਰੂ ਦੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਸੇਵਾ ਦੇ ਵਿੱਚ ਅਸੀਂ ਲੱਗੇ ਹਾਂ ਪੂਰੇ 3 ਦਿਨ ਸੇਵਾ ਕਰਾਂਗੇ ਔਰ ਰਿਪੋਰਟ ਜਿਹੜੀ ਹੈ ਪਹਿਲਾਂ ਵੀ 10 ਸਫ਼ਿਆਂ ਦੀ ਜਿਹੜੀ ਸੰਖੇਪ ਰਿਪੋਰਟ ਸੀ ਉਹ ਅਸੀਂ ਦਿੱਤੀ ਗਈ ਸੀ ਲੇਕਿਨ ਕੱਲ੍ਹ ਜਿਹੜੀ ਰਿਪੋਰਟ ਹੈ ਅਸੀਂ ਪੂਰੀ 1000 ਸਫ਼ਿਆਂ ਦੀ ਜਿਹੜੀ ਵਿਸਥਾਰ ਸਹਿਤ ਰਿਪੋਰਟ ਹੈ ਉਹ ਵੀ ਜਨਤਕ ਕਰ ਦਿੱਤੀ ਹੈ ਪ੍ਰਧਾਨ ਸਾਹਿਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਦੀ ਚੜ੍ਹਾਈ ਕਰਦੇ ਉਹਦੇ ਬਾਰੇ ਸੋ ਬਹੁਤ ਹੀ ਦੁਖਦਾਈ ਜਿਹੜੀ ਖਬਰ ਹੈਗੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਸੁਖਜਿੰਦਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਚਲਾਣਾ ਕਰ ਗਏ ਨੇ ਔਰ ਉਹ ਬਹੁਤ ਹੀ ਸੀ ਸਾਨੂੰ ਬਹੁਤ ਦੁੱਖ ਹੋਇਆ ਕਿ ਇਸ ਵਧੀਆ ਵਿਦਵਾਨ ਜਿਹੜੇ ਸੀ ਇੱਕ ਚੰਗੇ ਗਿਆਨੀ ਪੁਰਸ਼ ਸੀ ਜਿਹੜੇ ਉਹ ਸਾਥੋਂ ਸਦਾ ਲਈ ਵਿਛੋੜਾ ਦੇ ਗਏ ਨੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਪਰ ਪ੍ਰਧਾਨੀ ਮੰਗ ਕੀਤੀ ਜਾ ਰਹੀ ਕਿ ਦੋਸ਼ੀਆਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਦੇਖੋ ਉਹਨਾਂ ਜੋ ਬਣਦੀ ਸਜ਼ਾ ਉਹਨਾਂ ਨੂੰ ਅਸੀਂ ਸਖਤ ਤੋਂ ਸਖਤ ਦਿੱਤੀ ਹੈ ਔਰ ਹੋਰ ਵੀ ਜੋ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਖਤ ਤੋਂ ਸਖਤ ਅਸੀਂ ਚਾਹੁੰਦੇ ਵੀ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏ ਧੰਨਵਾਦ ਸਾਰਿਆਂ ਦਾ ਥੈਂਕ ਯੂ ਵੀਰ ਥੈਂਕ ਯੂ